ਜੀ ਸੀ ਕਿ ਕਿਸਾਨਾਂ ਦਾ ਨਰਮਾ ਜਿਹੜਾ ਬਠਿੰਡੇ ਮੰਡੀ ਚ ਆ ਰਿਹਾ ਕਾਫੀ ਆਈ ਕਿਉਂਕਿ ਏਰੀਆ ਸਾਰਾ ਨਰਮੇ ਦਾ ਹੈ ਉਹਦੇ ਚ ਨਰਮੇ ਦਾ ਜਿਹੜਾ ਰੇਟ ਆ ਉਹ ਠੀਕ ਨਹੀਂ ਲੱਗ ਰਿਹਾ ਉਹਦੇ ਵਾਸਤੇ ਅਸੀਂ ਅੱਜ ਆਏ ਸੀ ਮੰਡੀ ਚ ਇੱਥੇ ਫਰਾੜਤੀਆਂ ਨੂੰ ਵੀ ਮਿਲੇ ਕਿਸਾਨਾਂ ਨੂੰ ਵੀ ਮਿਲੇ ਉਹਨਾਂ ਨੂੰ ਪੁੱਛਿਆ ਵੀ ਕੀ ਪ੍ਰੋਬਲਮ ਹੈ ਕੁਛ ਤੇ ਆਈ ਵੀ ਕਾਟਨ ਕਾਰਪੋਰੇਸ਼ਨ ਜਿਹੜੀ ਨਰਮਾ ਖਰੀਦਣ ਵਾਲੀ ਉਹ ਰੋਜ਼ ਮੰਡੀ ਚ ਨਹੀਂ ਆਉਂਦੇ ਜੋ ਰੋਜ਼ ਮੰਡੀ ਚ ਆਉਣ ਜਿਹੜੀਆਂ ਢੇਰੀਆਂ ਉਹਨਾਂ ਦੇ ਵੋਚਰ ਦੇ ਮੁਤਾਬਕ ਆਉਣਗੀਆਂ ਉਹ ਖਰੀਦਣ ਬਾਕੀ ਫਿਰ ਵਪਾਰੀ ਵੀ ਮੁਕਾਬਲੇ ਚ ਖਰੀਦੇਗਾ ਜਦੋਂ ਕਾਟਨ ਕਾਰਪੋਰੇਸ਼ਨ ਆਉਂਦੀ ਨਹੀਂ ਮੰਡੀ ਦੇ ਵਿੱਚ ਰੋਜ਼ ਤੇ ਫਿਰ ਨਰਮੇ ਦਾ ਭਾਅ ਜਿਹੜਾ ਉਹ ਘਟ ਰਿਹਾ ਜਾਂਦਾ ਇੱਕ ਸੀ ਕਿ ਜਿਹੜੇ ਮਾਰਕੀਟ ਕਮੇਟੀ ਵਾਲੇ ਆ ਜਿਨ੍ਹਾਂ ਕੋਲ ਮੀਟਰ ਵੀ ਹੁੰਦਾ ਤੇ ਨਾਲ ਉਹਨਾਂ ਦਾ ਇੱਕ ਬੰਦਾ ਵੀ ਹੁੰਦਾ ਚੈੱਕ ਰੱਖਣ ਦੇ ਕਿ ਰੇਟ ਠੀਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਉਹ ਵੀ ਨਹੀਂ ਸੀ ਮੰਡੀ 'ਚ ਆ ਰਹੇ ਉਹ ਮੇਰੀ ਹੁਣੇ ਗੱਲ ਹੋਈ ਆ ਸੈਕਟਰੀ ਮਾਰਕੀਟ ਕਮੇਟੀ ਨਾਲ ਉਹ ਕਹਿੰਦਾ ਜੀ ਅਸੀਂ ਭੇਜ ਦਿਆ ਕਰਾਂਗੇ ਰੋਜ਼ ਬੰਦਾ ਸਾਡਾ ਜਾਇਆ ਕਰੂਗਾ ਨਾਲ ਹੀ ਰਿਹਾ ਕਰੂਗਾ ਜਿੰਨਾ ਚਿਰ ਬੋਲੀ ਲੱਗਦੀ ਉਹ ਹੁਣ ਅੱਜ ਤੋਂ ਜਾਇਆ ਕਰੂਗਾ ਇੱਕ ਤਾਂ ਹੋ ਗਈ ਗੱਲ ਹੁਣ ਅਸੀਂ ਇਸ ਤੋਂ ਬਾਅਦ ਮਿਲਾਂਗੇ ਕਾਟਨ ਕਾਰਪੋਰੇਸ਼ਨ ਨਾਲ ਉਹਨਾਂ ਨਾਲ ਪੱਕੀ ਗੱਲ ਉਹਨਾਂ ਤੋਂ ਇਨਸ਼ੋਰ ਕਰਾਵਾਂਗੇ ਕਿ ਉਹਨਾਂ ਦਾ ਰੋਜ਼ ਬੰਦਾ ਆਵੇ ਮੰਡੀ ਦੇ ਵਿੱਚ ਜਿਹੜਾ ਉਹਨਾਂ ਦੇ ਮੌਚਰ ਦੇ ਵਿੱਚ ਆਉਂਦਾ ਉਹ ਖਰੀਦ ਲਏ ਦੂਜਾ ਵਪਾਰੀ ਖਰੀਦਣਗੇ ਸੋ ਉਹਨਾਂ ਦੇ ਆਉਣਾ ਜ਼ਰੂਰੀ ਉਹਦੇ ਆਉਣ ਦੇ ਨਾਲ ਹੀ ਸਾਰੇ ਵਪਾਰੀਆਂ ਦੇ ਮਨ ਦੇ ਵਿੱਚ ਵੀ ਇਹ ਗੱਲ ਹੈਗੀ ਆੜਤੀਆਂ ਦੇ ਕਿਸਾਨਾਂ ਦੇ ਮਨ ਦੇ ਵਿੱਚ ਵੀ ਹੈਗੀ ਹੈ ਕਿ ਜੇ ਉਹ ਆ ਜਾਣ ਕਾਟਨ ਕਾਰਪੋਰੇਸ਼ਨ ਵਾਲੇ ਉਹਦੇ ਨਾਲ ਵੀ ਫਰਕ ਪੈ ਜਾਂਦਾ ਮੰਡੀ ਦੇ ਵਿੱਚ ਭਾਅ ਦੇ ਵਿੱਚ ਤੇਜ਼ੀ ਆ ਜਾਂਦੀ ਹੈ ਜਦੋਂ ਕਾਟਨ ਕਾਰਪੋਰੇਸ਼ਨ ਆਉਂਦੀ ਨਹੀਂ ਤੇ ਫਿਰ ਉਹ ਮੰਦਾ ਰਹਿ ਜਾਂਦਾ ਝੋਨਾ ਵੀ ਆ ਗਿਆ ਮੰਡੀ 'ਚ ਇਹਦੇ ਬਾਰੇ ਵੀ ਕਹਿਣਾ ਝੋਨੇ 'ਚ ਵੀ ਖਰੀਦ ਸਰਕਾਰ ਦੀ ਹੈਗੀ ਹੈ ਖਰੀਦੂਗੀ ਕਹੀ ਜਾਂਦੀ ਹੈ ਸਰਕਾਰ ਅਸੀਂ ਖਰੀਦੂਗੀ ਨਹੀਂ ਖਰੀਦੂਗੀ ਤਾਂ ਫਿਰ ਲੜਾਈ ਉਹਨਾਂ ਨੂੰ ਵੀ ਲੜਾਂਗੇ ਉਹਨਾਂ ਨੂੰ ਵੀ ਕਿਉਂ ਨਹੀਂ ਲੜਨੀ ਸੋ ਝੋਨਾ ਵੀ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਆਪਣੀਆਂ ਸਾਰੀਆਂ ਦੇ ਵਿੱਚ ਜਿਉਂ-ਜਿਉਂ ਖਰੀਦ ਤੇਜ਼ ਹੋਏਗੀ ਕਿਉਂ ਤੇ ਨਾਲ ਦੀ ਨਾਲ ਪਤਾ ਵੀ ਲੱਗੀ ਚੱਲੇਗਾ ਇੱਕ ਬੇਨਤੀ ਜ਼ਰੂਰ ਆ ਸਾਰਿਆਂ ਨੂੰ ਕਿ ਗਿੱਲਾ ਨਾ ਵੱਢਣ ਫਿਰ ਉਦੋਂ ਪ੍ਰੋਬਲਮ ਆਉਂਦੀ ਹੈ ਗਿੱਲੇ ਦੇ ਵਿੱਚ ਮੌਚਰਾਂ ਦਾ ਰੌਲਾ ਪੈ ਜਾਂਦਾ ਸੋ ਕੋਸ਼ਿਸ਼ ਕੋਈ ਕਾਹਲੀ ਨਾ ਕਰਨ ਮੌਸਮ ਸਾਫ਼ ਹੈ ਹੁਣ ਇਸ ਤੋਂ ਬਾਅਦ ਕੋਈ ਮੌਸਮ ਦੀ ਹੈ ਨਹੀਂਗੀ ਬਿਲਕੁਲ ਹੀ ਗੱਲ ਸੋ ਸੁਕਾ ਕੇ ਲਿਆਉਣ ਤਾਂ ਜ਼ਿਆਦਾ ਚੰਗੀ ਗੱਲ ਆ ਤਾਂ ਕਿ ਸਾਰਾ ਹੀ ਅਨੁਸਾਰ ਵਿਕ ਜੇ ਤੇ ਨਾਲੇ ਰੇਟ ਠੀਕ ਲੱਗਦੇ ਅਕਾਲੀ ਦਲ ਵੱਲੋਂ ਇੱਕ ਵਾਰ ਜਿਹੜਾ ਚੰਡੀਗੜ੍ਹ ਦਾ ਰੁਖ ਤਿਆਰ ਕੀਤਾ ਗਿਆ ਸੀ ਆਰਡੀਨੈਂਸ ਤੋਂ ਬਾਅਦ ਅਗਲੇ ਰਣਨੀਤੀ ਕੀ ਹੈ ਜੀ ਦੇਖੋ ਦੋ ਗੱਲਾਂ ਚੱਲਦੀਆਂ ਨੇ ਇੱਕ ਪਾਸੇ ਕਿਸਾਨ ਯੂਨੀਅਨ ਕਹਿੰਦੇ ਵੀ ਤੁਸੀਂ ਹੋਰ ਨਾ ਕਰੋ ਅਸੀਂ ਕਰ ਰਹੇ ਹਾਂ ਸਾਰਾ ਕੁਝ ਸਾਡੇ ਕੰਮ ਦੇ ਵਿੱਚ ਦਖਲ ਨਾ ਦਿਓ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਅਪੀਲ ਹੀ ਕੀਤੀ ਹੈ ਕਿਹਾ ਵੀ ਹੈਗਾ ਇਸ ਕਰਕੇ ਕਿਸਾਨ ਯੂਨੀਅਨ ਕਰੀ ਜਾਂਦੀਆਂ ਸਾਡੀ ਸਪੋਰਟ ਆ ਉਹਨਾਂ ਨੂੰ ਕੋਈ ਨਹੀਂ ਕਰੀ ਪੌਦਾ ਲੱਗੇ ਨੇ ਸਾਰੇ ਠੀਕ ਹੈ ਵਧੀਆ ਅਸੀਂ ਹੁਣ ਇਦੋਂ ਦਾ ਦਿੱਲੀ ਵੱਲ ਹੀ ਰੁਕ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਗੱਲ ਵੀ ਠੀਕ ਹੈ ਕਿ ਰੌਲਾ ਤਾਂ ਦਿੱਲੀ ਨਾਲ ਹੈ ਭਾਰਤ ਆ ਜੇ ਕੁਛ ਕਰਨਾ ਤਾਂ ਦਿੱਲੀ ਨੇ ਕਰਨਾ ਪੰਜਾਬ ਦੇ ਵਿੱਚ ਤਾਂ ਕੋਈ ਕਰਨ ਵਾਲਾ ਹੈ ਹੀ ਨਹੀਂ ਨਾ ਇੱਥੇ ਕਿਸੇ ਦੀ ਗੱਲ ਆ ਨਾ ਕੋਈ ਕਹਾਣੀ ਹੈ ਸੋ ਜੋ ਹੋਣਾ ਦਿੱਲੀ ਤੋਂ ਹੋਣਾ ਹੈ ਸੋ ਅਸੀਂ ਜਿਹੜੀ ਅਗਲੀ ਲੜਾਈ ਆ ਉਹ ਦਿੱਲੀ ਨਹੀਂ ਰਾਹੁਲ ਗਾਂਧੀ ਦਾ ਦੌਰਾ ਵੇਖੋ ਪਹਿਲਾਂ ਕਾਂਗਰਸ ਪਾਰਟੀ ਜਦੋਂ ਅਸੀਂ ਕਰਦੇ ਸੀ ਧਰਨੇ ਲਾਏ ਜਾਂ ਅਸੀਂ ਮਾਰਚ ਕੀਤਾ ਤਾਂ ਇਹ ਕਹਿੰਦੇ ਪਖੰਡ ਕਰਦੇ ਆ ਡਰਾਮਾ ਕਰਦੇ ਆ ਫਿਰ ਉਹੀ ਆਪ ਕਿਉਂ ਕੀਤਾ ਆਪ ਕਿਉਂ ਕੀਤਾ ਜਾ ਕੇ ਰਾਹੁਲ ਗਾਂਧੀ ਨੂੰ ਕੀ ਲੋੜ ਸੀ ਲਿਆਉਣ ਦੀ ਕਾਂਗਰਸ ਕਰ ਨਹੀਂ ਸੀ ਸਕਦੀ ਕਿ ਕਾਂਗਰਸ ਨਾਲ ਰਾਹੁਲ ਤੋਂ ਬਿਨਾਂ ਬੰਦੇ ਨਹੀਂ ਤੁਰਦੇ ਜਿਹੜੇ ਉਹਨਾਂ ਦੇ ਬਿਲਕੁਲ ਜਿਹੜੇ ਫੇਲ ਹੋ ਚੁੱਕੇ ਆ ਮੈਂ ਤਾਂ ਉਹਦੇ ਭਵਾਨੀਗੜ੍ਹ ਆਇਆ ਸੀਗਾ ਜਿੱਦਾਂ ਚੰਡੀਗੜ੍ਹੋਂ ਆ ਰਿਹਾ ਸੀ ਜਿੱਦਾਂ ਇਹਨਾਂ ਦਾ ਭਵਾਨੀਗੜ੍ਹ ਸੀਗਾ ਸਿਰਫ 200 ਟਰੈਕਟਰ ਸੀ ਸਾਰਾ ਹੀ ਟੋਟਲ ਉੱਥੇ ਮਸਾਂ 200 ਹੋਣਾ ਇਹ ਤਾਂ ਫੇਲ ਖਿਲਾਫ ਸ਼ੋਈ ਹੋਇਆ ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ ਵੀ ਦੇ ਦਿੱਤਾ ਗਿਆ ਚੰਗੀ ਗੱਲ ਹੈ ਕਿਸਾਨਾਂ ਨੂੰ ਛੇਤੀ ਸੱਦ ਕੇ ਇਹ ਗੱਲ ਨਿਬੇੜਨੀ ਚਾਹੀਦੀ ਹੈ ਬਹੁਤ ਦਿਨ ਹੋ ਗਏ ਸਾਰਾ ਢਾਂਚਾ ਬਾਂਚਾ ਖਰਾਬ ਹੋ ਗਿਆ ਥਰਮਲਾ ਜੋ ਕੋਲਾ ਮੁੱਕ ਚੱਲਿਆ ਹੋਰ ਰਿਹਾ ਖਾਦ ਨਹੀਂ ਆ ਰਹੀ ਪੰਜਾਬ ਦੇ ਵਿੱਚ ਅਗਲੇ ਸਮੇਂ 'ਚ ਕਿਸਾਨਾਂ ਨੂੰ ਸਮੱਸਿਆ ਆਏਗੀ ਫਿਰ ਸਟੋਰਾਂ 'ਚੋਂ ਜਿਹੜਾ ਬਾਹਰ ਚੌਲ ਜਾਣਾ ਜਾਂ ਕਣਕ ਜਾਣੀ ਉਹ ਨਹੀਂ ਜਾ ਰਿਹਾ ਵੀ ਸੂਣ ਖਾਲੀ ਨਾ ਹੋਏ ਮਾਲਕ ਵੀ ਰੱਖਾਂਗੇ ਸੋ ਇਹ ਬੜਾ ਜ਼ਰੂਰੀ ਹੈ ਜਿੰਨੀ ਛੇਤੀ ਕਿਸਾਨਾਂ ਨਾਲ ਸੈਂਟਰ ਗਵਰਨਮੈਂਟ ਸੱਦ ਕੇ ਇਹਨਾਂ ਦੀ ਗੱਲ ਸੁਣ ਕੇ ਮੁਕਾਬਲੇ ਤਾਂ ਬਹੁਤ ਚੰਗੀ ਕਿਸਾਨਾਂ ਨੇ ਮਨਾ ਕਰਤਾ ਪਰ ਮੀਟਿੰਗ ਕਹਿੰਦਾ ਸੀ ਮੀਟਿੰਗ ਨਹੀਂ ਹਲੇ ਮਨਾ ਨਹੀਂ ਕੀਤਾ ਸ਼ਾਇਦ ਇੱਕ ਅੱਧੇ ਬੰਦੇ ਦਾ ਬਿਆਨ ਮੈਂ ਵੀ ਟੀਵੀ 'ਤੇ ਸੁਣਿਆ ਜਿਵੇਂ ਤੁਸੀਂ ਕਿਹਾ ਅੱਜ ਉਹਨਾਂ ਦੀ ਮੀਟਿੰਗ ਹੈ ਚੰਡੀਗੜ੍ਹ ਦੇ ਅੱਜ ਉੱਥੇ ਮੀਟਿੰਗ ਦੇ ਵਿੱਚ ਹੀ ਫੈਸਲਾ ਕਰਨਗੇ ਹਲੇ ਮਨਾ ਨਹੀਂ ਕਰਿਆ ਉਹਨਾਂ ਦੀ ਮੰਗ ਹੈ ਕਿ ਅਸੀਂ ਕਿਸੇ ਅਫਸਰ ਨਾਲ ਗੱਲ ਨਹੀਂ ਕਰਨੀ ਹੈ ਵੀ ਠੀਕ ਅਫਸਰ ਕੋਲ ਕੋਈ ਕੰਮ ਕਰਨ ਦੀ ਸ਼ਕਤੀ ਨਹੀਂ ਹੁੰਦੀ ਫੈਸਲਾ ਲੈਣ ਦੀ ਸ਼ਕਤੀ ਨਹੀਂ ਹੁੰਦੀ ਕਹਿੰਦਾ ਵੀ ਜਾਂ ਪ੍ਰਾਈਮ ਸਾਨੂੰ ਅੱਬਲ ਤਾਂ ਸਾਨੂੰ ਪ੍ਰਾਈਮ ਮਿਨਿਸਟਰ ਸੱਦੇ ਜਾਂ ਫਿਰ ਸਾਨੂੰ ਖੇਤੀਬਾੜੀ ਮੰਤਰੀ ਸੱਦੇ ਅਸੀਂ ਕਿਸੇ ਅਫਸਰ ਦੇ ਨਾਲ ਨਹੀਂ ਜਾਵਾਂਗੇ ਆਖਰ ਮੁਲਕਾ ਸਾਹਿਬ ਜਿਸ ਤਰ੍ਹਾਂ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਮੀਟਿੰਗ ਵਾਸਤੇ ਬੁਲਾ ਰਹੀ ਹੈ ਅਤੇ ਆਪਣੇ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਵੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਉਹਦੇ ਨੇ ਰੱਦ ਨਹੀਂ ਕਰ ਰਹੀ ਹੁਣ ਉਹ ਰੱਦ ਕਰ ਦਿੰਦੀ ਹੈ ਫਿਰ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰੂਗੀ ਨਹੀਂ ਸਾਡਾ ਕੋਈ ਸਮਝੌਤਾ ਨਹੀਂ ਹੁੰਦਾ ਹੁਣ ਅਸੀਂ ਤਾਂ ਆਪਦੀ ਲੜਾਈ ਲੜਾਂਗੇ ਇਕੱਲੇ ਹੀ ਦੱਬ ਕੀਤੀ ਅਸੀਂ ਵਧੀਆ ਹੈਗਾ ਬੀਜੇਪੀ ਵਾਲੇ ਵੀ ਵਿਚਾਰੇ ਬੜੇ ਔਖੇ ਸੀਗੇ ਬੜਾ ਸਾਨੂੰ 158 ਲੈਣੀਆਂ 69 ਲੈਣੀਆਂ ਰੋਜ਼ ਰੌਲਾ ਪਾਉਂਦੇ ਸੀ ਜਾਣ ਦਿੰਦੇ ਸੀ ਹੁਣ 117 ਹੀ ਦਿੱਤੀਆਂ ਉਹਨਾਂ ਨੂੰ 117 ਹੀ ਤੁਸੀਂ ਲੜੋ 117 ਹੀ ਅਸੀਂ ਲੜਾਂਗੇ ਆਪੇ ਜੋਰਜਬਾਜ਼ੀ ਹੋ ਜੂਗਾ ਪਤਾ ਲੱਗ ਜੂਗਾ ਨਹੀਂ ਰੌਲਾ ਨਹੀਂ ਪਾਊਗਾ ਮੁੜ ਕੇ ਸੋ ਇਸ ਕਰਕੇ ਸਾਡਾ ਹੁਣ ਨਹੀਂ ਹੋਏਗਾ ਮੇਲ ਮਿਲਾਪ ਬਿਲਕੁਲ ਹੀ ਨਹੀਂ ਹੋਏਗਾ ਇਹ ਸੈਂਟਰ ਗੌਰਮੈਂਟ ਦੀ ਮਰਜ਼ੀ ਅਸੀਂ ਜਿਸ ਗੱਲ ਦੇ ਉੱਤੇ ਛੱਡ ਕੇ ਆਏ ਹਾਂ ਅਸੀਂ ਆਏ ਸੀ ਕਿ ਸੈਂਟਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਸੀ ਜੇ ਅੱਜ ਉਹੀ ਗੱਲ ਕਰਦੇ ਫਿਰ ਤਾਂ ਸੈਂਟਰ ਤਾਂ ਜਮੀ ਬੇਈਮਾਨੀ ਹੋ ਗਈ ਨਾ ਜੇ ਅੱਜ ਉਹੀ ਗੱਲ ਕਰਦੇ ਤੇ ਅਸੀਂ ਕਹਿੰਦੇ ਸਾਨੂੰ ਕੋਈ
देखो बीजेपी लीडर बेचारे फसे हुए है, बाहर उन्होंने निकल नहीं दिता, घबराए हुए है। वो अगे साढ़े सिर पर बज जाते होंगे, उन्होंने कोई कुछ कहता नहीं, साड़ी आड़ च मौज न फिरते तुरते रहेंगे, हूँ कल्या औखा हो गया बाहर निकलो, बंदे उन्होंने को है नहीं, वो घबराए हुए कोई नहीं, जो मर्जी बोली जाए उन्होंने, सानू कोई फर्क नहीं। मुल्का साहब तुहाडा इन्ना पुराना गठजोड़ सी, तुसीं कह रहे हो भी हुण असीं बीजेपी नाल नहीं समझौता करांगे, ये 2022 दी चोणां 117 वो लड़नगे, तुसीं लड़ोगे, घाटा नहीं पवेगा जी अकाली दल? यार जिंदगी च कदे पोलिटिकल घाटे वाधे नहीं वेखी जांदे, फैसले सूल दे कीते जांदे आ। असीं वह फैसला सूल दा कीता कि मेन धुरा किसानी है पंजाब दा, इहदे नाल सारा रुजगार चलदा, व्यापारियों का भी, आढ़तियों का भी, मजदूरों का भी, सारा काम इत्थों चलदा। पंजाब दे विच जे उन्होंने साडी इन्नी गल मन्नी नहीं, साडी गल सुनी नहीं, साडे नाल रहि नहीं कीती, फैसला एडा वड्डा लैण दी खातर, ते फिर असीं मल्लो मल्ली चुप्पियां पाई जाणगे, कोई फर्क नहीं पैंदा, 20 वारी अड्ड भी लड़े अगे, भी अगे कड़े लड़े नहीं।